ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅੰਦਰ ਚੱਲੀ ਲਹਿਰ ਨੇ ਸਰਕਾਰ ਦੇ ਰਾਤਾਂ ਦੀ ਨੀਂਦ ਉਡਾ ਦਿੱਤੀ ਖਾੜਕੂ ਲਹਿਤ ਨੂੰ ਖਤਮ ਕਰਨ ਲਈ ਸਰਕਾਰ ਨੇ ਜੂਲੀਓ ਰੈਬਰੋ ਨੂੰ ਕਹਿੰਦੇ ਪੰਜਾਬ ਦਾ ਡੀਜੀਪੀ ਲਗਾ ਦਿੱਤਾ ਕਹਿੰਦੇ ਆ ਰੈਬਰੋ ਨੇ ਮੁੰਬਈ ਵਿੱਚੋਂ ਅੰਡਰਵਰਲਡ ਬਿਲਕੁਲ ਖਤਮ ਕਰ ਦਿੱਤਾ ਸੀ ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਪੰਜਾਬ ਆ ਕੇ ਰੈਬਰੋ ਨੇ ਐਲਾਨ ਕਰ ਦਿੱਤਾ ਕਿ ਬੁਲੇਟ ਟੂ ਬੁਲੇਟ ਮਤਲਬ ਗੋਲੀ ਦਾ ਜਵਾਬ ਗੋਲੀ ਨਾਲ ਰੈਬਰੋ ਨੇ 1988 ਨੂੰ ਕਹਿੰਦੇ ਨੇ ਸ਼੍ਰੀ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ ਜਿਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਆਪਣੇ ਉਸ ਦੇ ਦੌਰਾਨ 20000 ਤੋਂ ਵੱਧ ਸਿੱਖਾਂ ਨੂੰ ਕਤਲ ਕੀਤਾ ਤੇ ਬੜੇ ਭਾਰੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਕਹਿੰਦੇ ਨੇ ਜਰਨਲ ਲਾਪ ਸਿੰਘ ਹੋਣਾ ਨੇ ਜਲੰਧਰ ਪੀਏਪ ਪੁਲਿਸ ਫੋਰਸ ਦੀ ਰਾਸਥਾਨੀ ਵਿੱਚ ਜਾ ਕੇ ਰੈਬਰੋ ਤੇ ਹਮਲਾ ਕੀਤਾ ਸੀ ਜ਼ਖਮੀ ਹੋਇਆ ਪਰ ਜਾਲਮ ਕਹਿੰਦੇ ਨੇ ਕਿਸਮਤ ਚੰਗੀ ਸੀ ਬਚ ਗਿਆ ਅਤੇ ਮੌਕੇ ਦੀ ਸਰਕਾਰ ਨੇ ਰੈਬਰੋ ਨੂੰ ਰូមਾਨੀਆ ਭੇਜ ਦਿੱਤਾ ਤਾਂ ਕਿ ਉਸ ਦਾ ਬਚਾ ਹੋ ਸਕੇ। ਕਿਹ ਦਿਨ ਸਰਦਾਰ ਉਦਮ ਸਿੰਘ ਦਾ ਵਾਰਿਸ ਸਰਦਾਰ ਜਗਰਾਜ ਸਿੰਘ ਉਠਿਆ। ਘਰਦਿਆਂ ਨੂੰ ਕਮਾਈ ਦਾ ਬਹਾਨਾ ਲਾ ਕੇ ਰੋਮਾਨੀਆ ਗਿਆ। ਉੱਥੇ ਜਾ ਕੇ ਭਾਈ ਪ੍ਰਗਟ ਸਿੰਘ ਅਤੇ ਭਾਈ ਜਗਵਿੰਦਰ ਸਿੰਘ ਆਦ ਸਿੰਘਾਂ ਨਾਲ ਮਿਲ ਕੇ ਕਿੰਦੇ ਨੇ ਰਾਇਬਰੋ ਦਾ ਸੌਦਾ ਲਾਉਣ ਦੀ ਪਲਾਨਿੰਗ ਕਰ ਲਈ। ਭਾਈ ਪ੍ਰਗਟ ਸਿੰਘ ਦੱਸਦੇ ਆ ਕਿ ਅਸੀਂ 3 ਮਹੀਨੇ ਰਾਇਬਰੋ ਨੂੰ ਵਾਅਦਾ ਕੀਤਾ। ਰੋਮਾਨੀਆ ਦੇ ਬੁਕਾਰੇਸਟ ਸ਼ਹਿਰ VIP ਜ਼ੋਨ ਇਲਾਕੇ ਵਿੱਚ ਦਿਨ ਦਿਹਾੜੇ ਮੌਤ ਦੇ ਮੂੰਹ ਵਿੱਚ ਜਾ ਕੇ ਦੁਸ਼ਟ ਤੇ ਅਟੈਕ ਕੀਤਾ ਗੋਲੀਆਂ ਲੱਗੀਆਂ ਪਰ ਕਹਿੰਦੇ ਨੇ ਫਿਰ ਬਚ ਗਿਆ ਪਰ ਕਹਿੰਦੇ ਨੇ ਉਹਦੀ ਮਰਦਾਨਗੀ ਖਤਮ ਹੋ ਗਈ ਇਸ ਹਮਲੇ ਦੌਰਾਨ ਸਿਕਿਉਰਟੀ ਨੇ ਸਿੰਘਾਂ ਤੇ ਹਮਲਾ ਕੀਤਾ ਜਿਸ ਕਰਕੇ ਦੋ ਸਿੰਘ ਜ਼ਖਮੀ ਹੋ ਗਏ ਤੇ ਭਾਈ ਜੁਗਰਾਜ ਸਿੰਘ 20 ਅਗਸਤ 1991 ਨੂੰ ਮੌਕੇ ਤੇ ਹੀ ਸ਼ਹਾਦਤ ਪ੍ਰਾਪਤ ਕਰ ਗਏ ਭਾਈ ਪ੍ਰਗਟ ਸਿੰਘ ਤੇ ਭਾਈ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੇਸ ਚੱਲਿਆ ਤੇ ਸਜ਼ਾ ਹੋਈ ਪਿੱਛੇ ਜੇ ਸੁਣਿਆ ਕਹਿੰਦੇ ਪਾਪੀ ਰੈਬਰੋ ਨਰਕਾਂ ਨੂੰ ਤੁਰ ਗਿਆ ਪਰ ਰੂਮਾਨੀਆਂ ਹਮਲੇ ਨੇ ਸਰਕਾਰ ਦੀਆਂ ਨੀਹਾਂ ਹਲਾ ਛੱਡੀਆਂ ਅਤੇ ਰਾਤਾਂ ਦੀ ਨੀਂਦ ਉਡਾ ਦਿੱਤੀ ਕਹਿੰਦੇ ਨੇ ਯੋਧਿਆ ਨੇ ਦੱਸ ਦਿੱਤਾ ਕਿ ਸਰਦਾਰ ਉਦਮ ਸਿੰਘ ਦੇ ਵਾਰਸ ਅਜੇ ਵੀ ਜਿਉਂਦੇ ਨੇ ਕਹਿੰਦੇ ਨੇ ਪਹਿਲਾ ਨਾਲੋਂ ਕਿਤੇ ਵੱਧ ਤਰੱਕੀ ਕਰ ਲਈ ਸਰਦਾਰ ਉਦਮ ਸਿੰਘ ਨੇ ਤਾਂ ਜਿਹੜਾ ਕੰਮ 21 ਸਾਲਾਂ ਬਾਅਦ ਕੀਤਾ ਸੀ ਇਹਨਾਂ ਨੇ ਮਹਿਜ 3 ਸਾਲ ਵੀ ਨਹੀਂ ਪੈਂਡ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅੰਦਰ ਚੱਲੀ ਲਹਿਰ ਨੇ ਸਰਕਾਰ ਦੇ ਰਾਤਾਂ ਦੀ ਨੀਂਦ ਉਡਾ ਦਿੱਤੀ ਖਾਰ ਕੋਹ ਲਹਿਤ ਨੂੰ ਖਤਮ ਕਰਨ ਲਈ ਸਰਕਾਰ ਨੇ ਜੂਲੀਓ ਰੈਬਰੋ ਨੂੰ ਕਹਿੰਦੇ ਪੰਜਾਬ ਦਾ ਡੀਜੀਪੀ ਲਗਾ ਦਿੱਤਾ ਕਹਿੰਦੇ ਆ ਰੈਬਰੋ ਨੇ ਮੁੰਬਈ ਵਿੱਚੋਂ ਅੰਡਰਵਰਲਡ ਬਿਲਕੁਲ ਖਤਮ ਕਰ ਦਿੱਤਾ ਸੀ ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਪੰਜਾਬ ਆ ਕੇ ਰੈਬਰੋ ਨੇ ਐਲਾਨ ਕਰ ਦਿੱਤਾ ਕਿ ਬੁਲੇਟ ਟੂ ਬੁਲੇਟ ਮਤਲਬ ਗੋਲੀ ਦਾ ਜਵਾਬ ਗੋਲੀ ਨਾਲ ਰੈਬਰੋ ਨੇ 1988 ਨੂੰ ਕਹਿੰਦੇ ਨੇ ਸ਼ਹੀਦ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ ਜਿਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਆਪਣੇ ਉਸ ਦੇ ਦੌਰਾਨ 2000 ਤੋਂ ਬਾਅਦ ਸਿੱਖਾਂ ਨੂੰ ਕਤਲ ਕੀਤਾ ਤੇ ਬੜੇ ਭਾਰੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਕਹਿੰਦੇ ਨੇ ਜਰਨਲ ਲਾਪ ਸਿੰਘ ਹੋਣਾ ਨੇ ਜਲੰਧਰ ਪੀਏਪ ਪੁਲਿਸ ਫੋਰਸ ਦੀ ਰਾਸਥਾਨੀ ਵਿੱਚ ਜਾ ਕੇ ਰੈਬਰੋ ਤੇ ਹਮਲਾ ਕੀਤਾ ਸੀ ਜ਼ਖਮੀ ਹੋਇਆ ਪਰ ਜ਼ਾਲਮ ਕਹਿੰਦੇ ਨੇ ਕਿਸਮਤ ਚੰਗੀ ਸੀ ਬਚ ਗਿਆ ਅਤੇ ਮੌਕੀ ਦੀ ਸਰਕਾਰ ਨੇ ਰੈਬਰੋ ਨੂੰ ਰូមਾਨੀਆ ਭੇਜ ਦਿੱਤਾ ਤਾਂ ਕਿ ਉਸ ਦਾ ਬਚਾਅ ਹੋ ਸਕੇ ਕਹਿੰਦੇ ਨੇ ਸਰਦਾਰ ਉਦਮ ਸਿੰਘ ਦਾ ਵਾਰਿਸ ਸਰਦਾਰ ਜੁਗਰਾਜ ਸਿੰਘ ਉਠਿਆ ਘਰਦਿਆਂ ਨੂੰ ਕਮਾਈ ਦਾ ਬਹਾਨਾ ਲਾ ਕੇ ਰੂਮਾਨੀਆ ਗਿਆ ਉੱਥੇ ਜਾ ਕੇ ਭਾਈ ਪ੍ਰਗਟ ਸਿੰਘ ਅਤੇ ਭਾਈ ਜਗਵਿੰਦਰ ਸਿੰਘ ਆਦ ਸਿੰਘਾਂ ਨਾਲ ਮਿਲ ਕੇ ਕਹਿੰਦੇ ਨੇ ਰਾਇਬਰੋ ਦਾ ਸੌਦਾ ਲਾਉਣ ਦੀ ਪਲਾਨਿੰਗ ਕਰ ਲਈ ਭਾਈ ਪ੍ਰਗਟ ਸਿੰਘ ਦੱਸਦੇ ਆ ਕਿ ਅਸੀਂ 3 ਮਹੀਨੇ ਰਾਇਬਰੋ ਨੂੰ ਬਾਚ ਕੀਤਾ ਰੂਮਾਨੀਆ ਦੇ ਬੁਕਾਰੇਸਟ ਸ਼ਹਿਰ ਵੀਆਈਪੀ ਜ਼ੋਨ ਇਲਾਕੇ ਵਿੱਚ ਦਿਨ ਦਿਹਾੜੇ ਮੌਤ ਦੇ ਮੂੰਹ ਵਿੱਚ ਜਾ ਕੇ ਦੁਸ਼ਤਾਂ ਤੇ ਅਟੈਕ ਕੀਤਾ ਗੋਲੀਆਂ ਲੱਗੀਆਂ ਪਰ ਕਹਿੰਦੇ ਨੇ ਫਿਰ ਬਚ ਗਿਆ ਪਰ ਕਹਿੰਦੇ ਨੇ ਉਹਦੀ ਮਰਦਾਨਗੀ ਖਤਮ ਹੋ ਗਈ ਇਸ ਹਮਲੇ ਦੌਰਾਨ ਸਿਕਿਉਰਟੀ ਨੇ ਸਿੰਘਾਂ ਤੇ ਹਮਲਾ ਕੀਤਾ ਜਿਸ ਕਰਕੇ ਦੋ ਸਿੰਘ ਜ਼ਖਮੀ ਹੋ ਗਏ ਤੇ ਭਾਈ ਜੁਗਰਾਜ ਸਿੰਘ 20 ਅਗਸਤ 1991 ਨੂੰ ਮੌਕੇ ਤੇ ਹੀ ਸ਼ਹਾਦਤ ਪ੍ਰਾਪਤ ਕਰ ਗਏ ਭਾਈ ਪ੍ਰਗਟ ਸਿੰਘ ਤੇ ਭਾਈ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੇਸ ਚੱਲਿਆ ਤੇ ਸਜ਼ਾ ਹੋਈ ਪਿੱਛੇ ਜੇ ਸੁਣਿਆ ਕਹਿੰਦੇ ਪਾਪੀ ਰੈਬਰੋ ਨਰਕਾਂ ਨੂੰ ਤੁਰ ਗਿਆ ਪਰ ਰੋਮਾਨੀਆ ਹਮਲੇ ਨੇ ਸਰਕਾਰ ਦੀਆਂ ਨੀਹਾਂ ਹਲਾ ਛੱਡੀਆਂ ਅਤੇ ਰਾਤਾਂ ਦੀ ਨੀਂਦ ਉਡਾ ਦਿੱਤੀ ਕਹਿੰਦੇ ਨੇ ਯੋਧਿਆ ਨੇ ਦੱਸ ਦਿੱਤਾ ਕਿਸ ਸਰਦਾਰ ਉਦਮ ਸਿੰਘ ਦੇ ਵਾਰਸ ਅਜੇ ਵੀ ਜਿਉਂਦੇ ਨੇ ਕਿੰਨੇ ਦਿਨ ਪਹਿਲਾਂ ਨਾਲ ਉਹ ਕਿਤੇ ਵੱਧ ਤਰੱਕੀ ਕਰ ਲਈ ਸਰਦਾਰ ਉਦਮ ਸਿੰਘ ਨੇ ਤਾਂ ਜਿਹੜਾ ਕੰਮ 21 ਸਾਲਾਂ ਬਾਅਦ ਕੀਤਾ ਸੀ ਇਹਨਾਂ ਨੇ ਮਹਿਜ 3 ਸਾਲ ਵੀ ਨਹੀਂ ਪੈਂਡ ਦਿੱਤੇ